ਕਾਸੀ ਦੇ ਵਿੱਚ ਸਰਕਾਰ ਨੇ ਵਿਸਾਲ ਕੀਤਾ ਤਤਹਾੜ ਤੇ ਹੁੰਦਾ ਜੀ ਇੱਕ 26 ਮੁਹਰਮ ਤੇ ਹੁੰਦਾ ਵਾ 24 ਨਵੰਬਰ ਤੇ ਹੁੰਦਾ ਆਪ ਦੇ ਤਕਰੀਬਨ ਹਰ ਹਿੱਸੇ ਚੋਂ ਆਉਂਦੀ ਹੈ ਜੀ ਹਰ ਸ਼ਹਿਰ ਦੇ ਵਿੱਚੋਂ ਤਕਰੀਬਨ ਬਾਬੇ ਸਰਕਾਰ ਦੇ ਬਹੁਤ ਮਰੀਦ ਨੇ ਹਾਂਜੀ ਪਹਿਲੇ ਕਬੱਡੀ ਕਰਾਉਂਦੇ ਸੀਗੇ ਆ ਮਿਲਦੀ ਆ ਤੇ ਕੋਈ ਇੱਥੇ ਆਉਂਦਾ ਵਾ ਦੋਸਤੋ ਅੱਜ ਹਮ ਮੌਜੂਦ ਹੈ 115 GB ਕੇ ਅੰਦਰ ਜਹਾਂ ਪਰ ਹੈ ਇੱਕ ਦਰਬਾਰ ਬਾਬਾ ਖੁਸ਼ੀ ਮੁਹੰਮਦ ਸ਼ਾਹ ਸਾਹਿਬ ਕੇ ਨਾਮ ਸੇ ਕਿਹਾ ਜਾ ਰਹਾ ਹੈ ਕਿ ਇਹ ਦਰਬਾਰ 1985 ਕੇ ਅੰਦਰ ਤਮੀਰ ਕੀਤਾ ਗਿਆ ਬਾਬਾ ਖੁਸ਼ੀ ਮੁਹੰਮਦ ਜੋ ਕਿ ਇੰਡੀਆ ਸੇ ਆਏ ਤੇ ਔਰ ਯਹਾਂ ਆਕਰ 1981 ਮੇਂ ਉਨਕਾ ਵਿਸਾਲ ਹੋ ਗਿਆ ਕਿਹਾ ਜਾ ਰਹਾ ਹੈ ਕਿ ਹਰ ਸਾਲ ਉਨਕਾ ਉਰਸ ਕਰਵਾਇਆ ਜਾਂਦਾ ਹੈ ਪੰਜਾਬ ਭਰ ਸੇ ਉਨਕੇ ਮਰੀਦ ਯਹਾਂ ਆਤੇ ਹੈ ਅੱਜ ਹਮ ਯਹਾਂ ਕੇ ਗਦਨਸ਼ੀਨ ਸੇ ਜਾਣਗੇ ਕਿ ਕਿਆ ਇਹ ਸੱਚ ਹੈ ਔਰ ਜਾਣਗੇ ਇਸ ਦਰਬਾਰ ਕੀ ਮੁਕੰਮਲ ਹਿਸਟਰੀ ਜਾਣਗੇ ਕਿ ਬਾਬਾ ਜੀ ਕੀ ਕਿਆ ਕਿਆ ਕਰਾਮਾਤ ਥੀ ਅਗਰ ਆਪ ਹਮਾਰੇ ਚੈਨਲ ਪਰ ਨਏ ਹੋ ਔਰ ਹਮਾਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਆਪ ਸੇ ਗੁਜ਼ਾਰਿਸ਼ ਹੈ ਕਿ ਹਮਾਰਾ ਚੈਨਲ ਸਬਸਕ੍ਰਾਈਬ ਕਰ ਦੇ ਔਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਕੋ ਲਾਈਕ ਕਰ ਦੇ ਸ਼ੁਕਰੀਆ ਮੈਂ ਹਾਂ ਅਮਰਸ਼ ਦਾ ਤੁਸੀਂ ਦੇਖ ਰਹੇ ਮੇਰਾ YouTube ਚੈਨਲ ਦੋਸਤੋ ਅੱਜ ਅਸੀਂ ਮੌਜੂਦ ਹਾਂ ਜੀ 115 GB ਦੇ ਅੰਦਰ ਜੀ ਇੱਥੇ ਇੱਕ ਦਰਬਾਰ ਹੈ ਜੀ ਬਹੁਤ ਹੀ ਮਸ਼ਹੂਰ ਮਰੂਫ ਦਰਬਾਰ ਅੱਜ ਅਸੀਂ ਉਹਨਾਂ ਦੀ ਉਸ ਦਰਬਾਰ ਦੀ ਸ਼ੂਟ ਕਰ ਰਹੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਜੀ ਇਹ ਦਰਬਾਰ ਹੈਗਾ ਜੀ ਬਾਬਾ ਪੀਰ ਖੁਸ਼ੀ ਮੁਹੰਮਦ ਸ਼ਾਹ ਸਾਹਿਬ ਉਹਨਾਂ ਦਾ ਦਰਬਾਰ ਹੈ ਜੀ ਅਤੇ ਤੁਸੀਂ ਮੇਰੇ ਵੀਡੀਓ 'ਚ ਅੰਦਰ ਦੇਖ ਹੀ ਚੁੱਕੇ ਹੋ ਮੁਕੰਮਲ ਸੈਟਅਪ ਇਸ ਦਰਬਾਰ ਦਾ ਅਤੇ ਹੁਣ ਅਸੀਂ ਇੱਥੇ ਜਿਹੜੇ ਇਹਨਾਂ ਦੇ ਗੱਦੀ ਨਸ਼ੀਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਇਸ ਦਰਬਾਰ ਦੀ ਹਿਸਟਰੀ ਜਾਣਾਂਗੇ ਕਿ ਇਸ ਦਰਬਾਰ ਦੀ ਹਿਸਟਰੀ ਕੀ ਹੈ ਕਦੋਂ ਬਣਿਆ ਅਤੇ ਆ ਬਾਬਾ ਜੀ ਕਿੱਥੋਂ ਤਸ਼ਰੀਫ ਲੈ ਕੇ ਆਏ ਸੀ ਇਸ ਪੱਟੀ ਦੇ ਉੱਤੇ ਲਿਖਿਆ ਹੋਇਆ ਜੀ 1981 ਦੇ ਵਿੱਚ ਜੀ ਇਹਨਾਂ ਦਾ ਵਸਾਲ ਹੋਇਆ ਜੀ 1981 ਦੇ ਵਿੱਚ ਅਤੇ ਇਹ ਸੁਣਨ 'ਚ ਆ ਰਿਹਾ ਇੱਥੋਂ ਜਿਹੜੇ ਇਲਾਕੇ ਦੇ ਮਕੀਨ ਉਹ ਕਹਿ ਰਹੇ ਨੇ ਕਿ ਜੀ ਇਹ ਬਾਬਾ ਜੀ ਇੰਡੀਆ 'ਚੋਂ ਆਏ ਸੀ ਅਤੇ ਬਹੁਤ ਬਹੁਤ ਦੂਰੋਂ ਲੋਕ ਜਿਹੜਾ ਕਿ ਇੱਥੇ ਆਉਂਦੇ ਨੇ ਅਤੇ ਬਾਕੀ ਗੱਲਬਾਤ ਕਰਨੀ ਜੀ ਇੱਥੋਂ ਦੇ ਜਿਹੜੇ ਗੱਦੀ ਨਸ਼ੀਨ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਅੱਛਾ ਭਾਈ ਨੇ ਸਭ ਤੋਂ ਪਹਿਲੇ ਤਾਂ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਜਿਹੜਾ ਕੀਮਤੀ ਵਕਤ ਸਾਨੂੰ ਦੇ ਰਹੇ ਹੋ ਅਤੇ ਦੂਸਰਾ ਭਾਈ ਨੇ ਇਹ ਦੱਸੋ ਇਹਦੀ ਹਿਸਟਰੀ ਕੀ ਦਰਬਾਰ ਦੀ ਕਦੋਂ ਬਣਿਆ ਸੀ ਇਹ ਦਰਬਾਰ ਜੀ ਇਹ ਜੀ ਸਨ 1981 ਦੇ ਵਿੱਚ ਸਰਕਾਰ ਨੇ ਵਿਸਾਲ ਕੀਤਾ ਅਤੇ ਉਸ ਤੋਂ ਲੈ ਕੇ ਹੁਣ ਤੱਕ ਪਹਿਲੇ ਸਾਡੇ ਬੜੇ ਸੀਗੇ ਉਸ ਤੋਂ ਬਾਅਦ ਫਿਰ ਗਾਂ ਨਸਲ ਬਾਈ ਨਸਲ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਆ ਰਿਹਾ ਅਤੇ ਪਹਿਲੇ ਵਾਲਦ ਸਾਹਿਬ ਸੀ ਵਾਲਦ ਸਾਹਿਬ ਤੋਂ ਬਾਅਦ ਹੁਣ ਅਸੀਂ ਵਾਲਦ ਸਾਹਿਬ ਤੋਂ ਬਾਅਦ ਤੁਸੀਂ ਕਰ ਰਹੇ ਹੋ ਦਰਬਾਰ ਰਖਵਾਲੀ ਇਹਨਾਂ ਦਾ ਉਰਸ ਕਦੋਂ ਹੁੰਦਾ ਇੱਕ ਸਤਹਾੜ ਤੇ ਹੁੰਦਾ ਜੀ ਇੱਕ 26 ਮੁਹਰਮ ਤੇ ਹੁੰਦਾ ਵਾ 24 ਨਵੰਬਰ ਤੇ ਹੁੰਦਾ ਅਤੇ ਸਾਲ ਦੇ ਵਿੱਚ ਤੇ ਇਹਨਾਂ ਉਰਸ ਕਰਾਉਂਦੇ ਅਤੇ ਕਿੱਥੋਂ ਕਿੱਥੋਂ ਦੁਨੀਆ ਆਉਂਦੀ ਆ ਦਰਬਾਰ 'ਤੇ ਇਹ ਪੰਜਾਬ ਦੇ ਤਕਰੀਬਨ ਹਰ ਹਿੱਸੇ 'ਚੋਂ ਹੀ ਆਉਂਦੀ ਹੈ ਜੀ ਹਰ ਸ਼ਹਿਰ ਦੇ ਵਿੱਚੋਂ ਤਕਰੀਬਨ ਬਾਬੇ ਸਰਕਾਰ ਦੇ ਬਹੁਤ ਮਰੀਦ ਨੇ ਕੋਈ ਪੰਜਾਬ ਦਾ ਐਸਾ ਸ਼ਹਿਰ ਹੈ ਨਹੀਂ ਕਿ ਜਿੱਥੇ ਨਹੀਂ ਬੈਠੇ ਅਤੇ ਸਾਡੇ ਸੁਣਨ 'ਚ ਆਇਆ ਕਿ ਇੱਥੇ ਕਬੱਡੀ ਦਾ ਵੀ ਬੜਾ ਵੱਡਾ ਟੂਰਨਾਮੈਂਟ ਕਰਾਇਆ ਜਾਂਦਾ ਜਦੋਂ ਹਾਂਜੀ ਪਹਿਲੇ ਕਬੱਡੀ ਕਰਾਉਂਦੇ ਸੀਗੇ ਫਿਰ ਹਰ ਸਾਲ ਹੀ ਕਰਾਉਂਦੇ ਸੀ ਹੁਣ ਤਕਰੀਬਨ 2-3 ਸਾਲ ਤੋਂ ਨਹੀਂ ਕਰਵਾਉਂਦੇ ਕਿਉਂਕਿ ਫਿਰ ਇੰਤਜ਼ਾਮ ਨੂੰ ਸਾਂਭੀਏ ਜਾਂ ਕਬੱਡੀ ਨੂੰ ਸਾਂਭੀਏ ਇੱਕੋ ਚੀਜ਼ ਦੇਖੀ ਜਾਂਦੀ ਹੈ ਅੱਛਾ ਬਾਬਾ ਜੀ ਦੇ ਕੀ ਕਰਾਮਾਤ ਸੀ ਕਿ ਕੀ ਸ਼ਫਾ ਮਿਲਦੀ ਸੀ ਇਹਨਾਂ ਇੱਥੇ ਆਉਂਦੇ ਸੀ ਜਿਹੜੇ ਲੋਕ ਇਹਨਾਂ ਦੇ ਮਰੀਦ ਇਹਨਾਂ ਆਉਂਦੇ ਦੇਖੋ ਜੀ ਅਗਰ ਇਹ ਸ਼ਫਾ ਮਿਲਦੀ ਹੈ ਤਾਂ ਕੋਈ ਇੱਥੇ ਆਉਂਦਾ ਵਾ ਠੀਕ ਆ ਇੱਥੇ ਤਾਂ ਤਕਰੀਬਨ ਵੀ ਜਿਹੜਾ ਵੀ ਜਿੱਦਾਂ ਦੀ ਵੀ ਕੋਈ ਆਰਜ਼ੂ ਲੈ ਕੇ ਆਇਆ ਸਾਈਂ ਉਹਨਾਂ ਦੀ ਪੂਰੀ ਕਰਦੇ ਆ ਸਹੀ ਹੋ ਗਿਆ ਜਿੱਦਾਂ ਦੀ ਵੀ ਤਮੰਨਾ ਕਿਸੇ ਨੇ ਕੀਤੀ ਆ ਜਿੱਦਾਂ ਦੀ ਕਿਸੇ ਨੇ ਘਰ 'ਚ ਬੈਠ ਕੇ ਯਾਦ ਕੀਤਾ ਅਤੇ ਸਾਈਆਂ ਨੇ ਉੱਥੇ ਵੀ ਉੱਥੇ ਫੈਜ਼ ਕੀਤਾ ਅਤੇ ਇਹ ਜਿਹੜਾ ਹੁਣ ਦਰਬਾਰ ਅਸੀਂ ਦੇਖ ਰਹੇ ਹਾਂ ਜੀ ਮਾਸ਼ਾਅੱਲਾ ਬੜਾ ਖੂਬਸੂਰਤ ਬਣਿਆ ਜਿੰਨਾ ਵੀ ਆ ਖਰਚਾ ਹੋਇਆ ਜੀ ਆ ਤੁਸੀਂ ਕੀਤਾ ਕਿ ਇੱਥੋਂ ਉਹਨਾਂ ਦੇ ਮਰੀਦ ਇਹਨਾਂ ਨੇ ਜਾਂ ਕਿਸੇ ਹੋਰ ਬੰਦੇ ਨੇ ਇੱਥੇ ਇਕੱਲਾ ਬੰਦਾ ਤਾਂ ਕੋਈ ਇੱਥੇ ਕਰ ਨਹੀਂ ਸਕਦਾ ਇਹ ਸਾਰਾ ਰਲ ਮਿਲ ਕੇ ਮਰੀਦਾਂ ਨੇ ਮਿਤਾਵਨ ਕਰਦੇ ਆ ਖੁਦ ਵੀ ਕਰਦੇ ਹਾਂ ਖੁਦ ਵੀ ਹਿਫਾਜ਼ਤ ਕਰਦੇ ਹਾਂ ਠੀਕ ਹੈ ਵੀ ਰਲ ਮਿਲ ਕੇ ਅਸੀਂ ਇੱਕ ਆਪਣੀ ਤਨਜ਼ੀਮ ਬਣਾਈ ਹੋਈ ਆ ਸਾਡੇ ਸਿਰ ਬਰਾਹ ਵੀ ਨੇ ਅਤੇ ਉਹ ਸਾਰਾ ਜਿੰਨਾ ਵੀ ਫੰਡ ਹੁੰਦਾ ਵਾ ਸਾਡੇ ਸਿਰ ਬਰਾਹ ਨੇ ਚੋਰੀ ਬਿਸ਼ਾਰਤ ਠੀਕ ਆ ਇਹ ਉਹ ਸਾਰਾ ਇਹਨੂੰ ਹੈਂਡਲ ਕਰਦੇ ਨੇ ਕੋਈ ਅਸੀਂ 10 ਲੱਖ ਲਾਇਆ 5 ਲੱਖ ਲਾਇਆ ਜਿੰਨਾ ਵੀ ਲਾਇਆ ਨਾ ਉਹ ਸਾਡੇ ਵੱਡੇ ਨੇ ਉਹਨਾਂ ਦੇ ਮਤਹਿਤ ਆ ਜਿੰਨਾ ਵੀ ਸਾਰਾ ਕੰਮ ਹੈ ਉਹਨਾਂ ਨੇ ਆਪ ਜੁਆਤੀ ਖੁਦ ਇੱਥੇ ਬੈਠ ਕੇ ਕਰਵਾਇਆ ਅਤੇ ਜੀ ਦੋਸਤੋ ਤੁਸੀਂ ਜਿਹੜਾ ਕਿ ਗੱਲਾਂ ਬਾਤਾਂ ਸੁਣੀਆਂ ਜੀ ਇੱਥੋਂ ਦੇ ਜਿਹੜੇ ਗੱਦੀ ਨਸ਼ੀਨ ਸੀ ਦੋਸਤੋ ਸਾਡਾ ਜਿਹੜਾ ਵੀਡੀਓ ਦਾ ਮੇਨ ਮਕਸਦ ਬਣਾਉਣ ਦਾ ਕਿ ਪੰਜਾਬ ਦਾ ਸਾਡੇ ਇਸ ਮੁਲਕ ਦਾ ਕਲਚਰ ਦਿਖਾਉਣਾ ਅਤੇ ਤੁਸੀਂ ਸਾਡੇ ਵੀਡੀਓ ਦੇ ਅੰਦਰ ਸਾਡੇ ਚੈਨਲ ਦੇ ਅੰਦਰ ਬਹੁਤ ਸਾਰੇ ਦਰਬਾਰਾਂ ਦਾ ਪਹਿਲੇ ਵੀ ਦੇਖ ਚੁੱਕੇ ਹੋ 115 GB ਦੇ ਅੰਦਰ ਇਹ ਦਰਬਾਰ ਮੌਜੂਦ ਹੈ ਜੀ ਅਤੇ ਭਾਈ ਹੋਰਾਂ ਦਾ ਕਹਿਣਾ ਜੀ ਇੱਥੇ ਬੜੇ ਬੜੇ ਮਰੀਦ ਇਹਨਾਂ ਆਉਂਦੇ ਅਤੇ ਉਹਨਾਂ ਦੀਆਂ ਜਿਹੜੀਆਂ ਜੀ ਸਮਝ ਲਓ ਕਿ ਮੰਨਤਾਂ ਮੁਰਾਦਾਂ ਸਾਰੀਆਂ ਪੂਰੀਆਂ ਹੁੰਦੀਆਂ ਨੇ ਇੱਥੇ ਅਤੇ ਦੋਸਤੋ ਇਨਸ਼ਾਅੱਲਾ ਨਵੇਂ ਵਲੋਗ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਸਾਨੂੰ ਦੇ ਇਜਾਜ਼ਤ ਅੱਲਾ ਹਾਫਿਜ਼